ਜਿੱਥੇ ਆਪਾਂ ਸਬਜ਼ੀ ਲਾਵਣੀ ਹੈ ਅੱਜ ਇਸ ਪਲਾਟ ਦੀ ਜਿਹੜੀ ਹੈ ਉਹ ਸ਼ੈਡਾਂ ਜਿਹੜੀਆਂ ਨਾ ਉਹ ਖਿੱਚ ਰਹੇ ਹਾਂ ਹਲਾਂ ਨਾਲ ਤਾਂ ਕਿ ਲੇਜ਼ਰ ਜਿਹੜਾ ਉਹ ਕਰਵਾਵਾਂਗੇ ਬਾਅਦ ਵਿੱਚ। ਅਸਲਾਮ ਵਾਲੇਕਮ ਜੀ, ਉਮੀਦ ਕਰਨੇ ਤੁਸੀਂ ਸਾਰੇ ਠੀਕ ਠਾਕ ਹੋ, ਫਿਰ ਪਾਟ ਤੋਂ ਜਿਹੜੇ ਜਿਹੜੇ ਦੋਸਤ ਨਵੇਂ ਆ ਰਹੇ ਸਾਡੇ ਚੈਨਲ 'ਤੇ ਪਲੀਜ਼ ਲਾਈਕ ਔਰ ਸਬਸਕ੍ਰਾਈਬ ਕਰੋ। ਅਤੇ ਜਿੰਨਾ ਹੋ ਸਕੇ ਸਾਡੀ ਵੀਡੀਓ ਨੂੰ ਵਲੌਗ ਨੂੰ ਸ਼ੇਅਰ ਵੀ ਕੀਤਾ ਕਰੋ। ਮੌਸਮ ਬੜਾ ਕਮਾਲ ਦਾ ਬਣ ਗਿਆ ਅਤੇ ਤੁਸੀਂ ਦੇਖ ਰਹੇ ਸਾਰਾ ਦਿਨ ਜਿਹੜਾ ਗਰਮੀ ਪਈ ਹੈ ਅਤੇ ਹੁਣ ਬੱਦਲ ਇਸ ਸਾਈਡ ਤੋਂ ਆਇਆ ਲਹਿੰਦੇ ਵਾਲੀ ਸਾਈਡ, ਅਤੇ ਅਸੀਂ ਜ਼ਮੀਨ ਤਿਆਰ ਕਰਦੇ ਪਏ, ਦੋਰ ਲਾਉਂਦੇ ਪਏ ਡਿਕਸਾਂ ਦੀ। ਰਾਤ ਨੂੰ ਅਸੀਂ ਇੱਕ ਵਲੌਗ ਬਣਾ ਕੇ ਜਿਹੜਾ ਅਪਲੋਡ ਕਰਦੇ ਸੀ, ਲੇਕਿਨ ਉਹਦੇ ਵਿੱਚ ਐਡਾ ਜਿਹੜਾ ਨਜ਼ਰ ਨਹੀਂ ਆਇਆ ਸੀ ਕੰਮ ਹੁੰਦਾ, ਅਤੇ ਉਦੋਂ ਅਸੀਂ ਸਿੰਗਲ ਲਾਈ ਸੀ ਅਤੇ ਫਿਰ ਅਸੀਂ ਜਨਾਬ ਗਰਾਊਂਡ ਚਲੇ ਗਏ ਸੀ। ਹੁਣ ਜਿਹੜਾ ਦੋਰ ਲਾ ਰਹੇ ਅਗਲੇ ਦਿਨ, ਅਤੇ ਸਬਜ਼ੀ ਜਿਹੜੀ ਅਸੀਂ ਲਾਉਣੀ ਦੱਸ ਦਿੱਤੀ ਹੈ, ਇਹ ਨਾ ਵਲੌਗ ਸ਼ਾਇਦ ਤੁਸੀਂ ਚੰਦ ਦਿਨ ਬਾਅਦ ਵੇਖੋ, ਕਿਉਂਕਿ ਬੜੇ ਪ੍ਰੋਸੀਜਰ ਨਾਲ ਜਿਹੜਾ ਤੁਹਾਨੂੰ ਇਸ ਮੌਜੂਦ ਵਲੌਗ ਜਿਹੜਾ ਮਿਲਿਆ ਕਰਨਗੇ। ਠੀਕ ਹੈ, ਇਸ ਸਮੇਂ ਅਸੀਂ ਦੋਰ ਜਿਹੜੀ ਉਹ ਲਾਉਂਦੇ ਪਏ ਅਤੇ ਨਾਲ ਨਾਲ ਮੌਸਮ ਜਿਹੜਾ ਬੜਾ ਕਮਾਲ ਦਾ। ਲਓ ਜੀ, ਚੂਹਿਆਂ ਨੂੰ ਲੱਭ ਗਿਆ, ਉਹ ਚੂਹੇ ਨੂੰ ਲੱਭ ਗਿਆ, ਕਾਂ ਨੂੰ ਲੱਭ ਗਿਆ, ਚੂਹਾ ਤੋਂ ਲੈ ਅਤੇ ਉੱਡ ਗਿਆ ਜੀ। ਲੈ ਇਹਨਾਂ ਦੀ ਈਦ ਹੋ ਗਈ, ਕਮਾਲ ਹੈ ਕਿ ਨਹੀਂ। ਚੂਹੇ ਚੂਹੇ ਜਨਾਬ ਕਾਂ ਪੈ ਗਏ ਚਾਰ ਪੰਜ ਜਣੇ, ਬਸ ਆਹ ਚੈੱਕ ਕਰੋ ਮਕਈ ਵਾਲੀ ਜਗ੍ਹਾ। ਅਤੇ ਰਾਤੀਂ ਵਲੌਗ ਬਣਾਇਆ ਸੀ ਅਤੇ ਉਦੋਂ ਸ਼ਾਇਦ ਇੰਨੀ ਡੁੰਨ ਸਮਝ ਨਹੀਂ ਆਈ ਹੋਣੀ, ਤਾਂ ਮੈਂ ਸੋਚਿਆ ਹੁਣ ਵੀ ਡੁੰਨ ਥੋੜ੍ਹਾ ਜਿਹਾ ਬਣਾ ਕੇ ਦੱਸ ਦਈਏ। ਹੁਣ ਜਨਾਬ ਡਿਕਸਾਂ ਦੌਰ ਮਾਰਾਂਗੇ, ਉਸ ਤੋਂ ਬਾਅਦ ਅਸੀਂ ਇਹਨੂੰ ਚੂੰਡਾ ਮੰਨਾ ਕੱਢਾਂਗੇ, ਅਗਰ ਹੋ ਸਕਿਆ ਤਾਂ ਇਹਨੂੰ ਲੇਜ਼ਰ ਵੀ ਕਰਾਵਾਂਗੇ। ਠੀਕ ਹੈ, ਲੇਜ਼ਰ ਵੀ ਕਰਾਵਾਂਗੇ ਜ਼ਰੂਰੀ। ਬੱਦਲ ਲੱਗ ਗਿਆ ਜੇ ਵੇਖੋ ਤੁਸੀਂ ਚੈੱਕ ਕਰੋ, ਬਸ ਹੀ ਇਸ ਸਾਈਡ ਦੇ ਬੱਦਲ ਅਗਾਂ ਨਹੀਂ ਲੱਗ ਗਏ, ਪਤਾ ਨਹੀਂ ਕਿੱਥੇ ਜਾ ਕੇ ਬਸ ਦਿਨ ਕਿੱਥੇ ਜਾ ਕੇ ਨਹੀਂ। ਓਏ ਤੂੰ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਕਾਂ ਬਾਈ, ਅੱਜ ਕੱਲ੍ਹ ਡਰਦੇ ਹੀ ਨਹੀਂ। ਹੁਣ ਅਸੀਂ ਲੈਣ ਚੱਲੇ ਥੋੜ੍ਹਾ ਡੀਜ਼ਲ, ਸਾਨੂੰ ਚਾਹੀਦਾ ਹੋਰ। ਠੀਕ ਹੈ, ਡੀਜ਼ਲ ਲੈ ਕੇ, ਅਤੇ ਕਿਉਂਕਿ ਬਾਰਿਸ਼ ਦਾ ਕੋਈ ਪਤਾ ਨਹੀਂ, ਅਸੀਂ ਅਗਰ ਚੁੰਡੇ ਬਣਨੇ ਸ਼ਾਇਦ ਅੱਜ ਹੀ ਨਿਕਲ ਜਾਣ, ਡੀਜ਼ਲ ਲਿਆ ਤਾਂ ਰੱਖ ਲੈਂਦੇ ਹਾਂ, ਅਗਰ ਟਾਈਮ ਲੱਗਿਆ ਬਾਰਿਸ਼ ਨਾ ਆਈ ਤਾਂ ਚੁੰਡਾ ਬਣਨੇ ਜਿਹੜੇ ਘੱਟ ਛੱਡ ਸਕਦੇ, ਪਰ ਬਾਰਿਸ਼ ਆ ਜਾਏ ਫਿਰ ਆਪਣਾ ਕੋਈ ਫਿਕਰ ਨਹੀਂ। ਇੱਧਰ ਪਾਣੀ ਲੱਗਿਆ ਹੋਇਆ ਹਰ ਜਗ੍ਹਾ ਤਾਈਆਂ ਨੂੰ, ਉਹ ਐਂਡ 'ਤੇ ਨਹਿਰ ਹੀ ਪਾਣੀ ਵੀ ਚੱਲਿਆ ਹਲੇ, ਅਤੇ ਟੂਬਲ ਵਾਲਾ ਵੀ ਚੱਲਿਆ ਹਲੇ। ਆ ਇਸ ਸਾਈਡ ਦਾ ਸਾਰਾ ਪਿੰਡ ਹੈ, ਉਹ ਜਿੱਥੇ ਤੱਕ ਖੰਭਾ ਹੈ। ਠੀਕ ਹੈ, ਅਤੇ ਆਹ ਟਿਊਬਵੈੱਲ ਦਾ ਸਾਰਾ ਸਿਸਟਮ ਆ ਗਿਆ, ਪਿੰਡੋਂ ਬਾਹਰ ਜਿਵੇਂ ਨਿਕਲੀਏ ਤਾਂ ਉਵੇਂ ਜਿਹੜਾ ਟਿਊਬਵੈੱਲ ਆ ਜਾਂਦਾ, ਅਤੇ ਉਹ ਪਿੰਡ ਦਾ ਜਿਹੜਾ ਸਕੂਲ ਹੈ ਮੁੰਡਿਆਂ ਦਾ ਗਰਲ ਵਾਲਾ ਜਿਹੜਾ ਸਕੂਲ ਹੈ, ਉਹ ਜਿਹੜਾ ਉਹ ਪਹਿਲੀ ਸਾਈਡ 'ਤੇ ਸਕੂਲ, ਜਿਹੜਾ ਕੁੜੀਆਂ ਵਾਲਾ ਵੀ ਹੈ ਅਤੇ ਮੁੰਡਿਆਂ ਵਾਲਾ ਵੀ। ਚੱਲਣੇ ਟਿਊਬਵੈੱਲ ਦਾ ਵਿਊ ਚੈੱਕ ਕਰਾਉਣੇ, ਅਤੇ ਆਹ ਦਾਈਆਂ ਦਾ ਕਿੱਲਾ ਜਿਹੜਾ, ਇਹ ਦੋ ਕਿੱਲੇ ਨੇ, ਇਹ ਪੱਕੇ ਖਲੇ ਨੇ ਲੱਗ ਕੇ। ਆਹ ਜੀ ਕੋਡੂ ਡਾਊਨ ਚੈੱਕ ਕਰੋ, ਕੋਡੂ ਡਾਊਨ ਬਾਈ ਟਿਊਬਵੈੱਲ ਦਾ ਡਾਊਨ ਹੈ ਯਾਰ, ਤੂੰ ਸ਼ਰਮਾਦਾ ਕਿਉਂਕਿ ਤਰ ਸ਼ਰਮਾਣਾ ਜੀ ਬੰਦਿਆਂ ਤਾਂ ਰਿਹਾ ਕਰ। ਆਹ ਬੰਦੇ ਨੇ ਪਿੰਡ ਦੇ ਤੋਂ ਉਹਨਾਂ ਜਿਹੜਾ ਮੱਝਾਂ ਦੇ ਵਿੱਚ ਖੋਤਾ ਬੰਨ ਛੱਡਿਆ, ਬੜਿਆ ਬੰਦਿਆਂ ਨੇ ਇਹਨਾਂ ਨੂੰ ਸਮਝਾਇਆ ਕਿ ਯਾਰ ਤੁਸੀਂ ਖੋਤੇ ਨੂੰ ਵੱਖਰਾ ਬੰਨਿਆ ਖੜੇ, ਗੱਲ ਸਹੀ ਨਹੀਂ ਹੈ, ਪਰ ਪਤਾ ਨਹੀਂ ਯਾਰ ਉਹਨਾਂ ਦਾ ਕੀ ਸਿਸਟਮ ਹੈ, ਪਰ ਮੈਨੂੰ ਆਪ ਨੂੰ ਸਹੀ ਨਹੀਂ ਲੱਗਦਾ। ਠੀਕ, ਖੋਤੇ ਨੂੰ ਜਿਹੜਾ ਲਾਹਦਾ ਹੀ ਬਣਨਾ ਚਾਹੀਦਾ, ਲਾਹਦਾ ਬਣਨਾ ਚਾਹੀਦਾ ਖੋਤੇ ਨੂੰ, ਵੇਖੋ ਨਾ ਮੱਝਾਂ ਦੇ ਵਿੱਚ ਖਲੋਤਾ ਨੂੰ ਚੰਗਾ ਲੱਗਦਾ ਫਿਰ, ਪਰ ਆਹ ਜਿਹੜੇ ਬੋੜਾਂ ਦਾ ਵਿਊ ਆਉਂਦਾ ਨਾ ਸਟਾਲ, ਬੋੜਾਂ ਦਾ ਵਿਊ ਜਿਹੜਾ ਬਹੁਤ ਬਿਹਤਰੀਨ ਆਉਂਦਾ।
ਚੱਲੇ ਹੈਗਾ ਟਰਪੈਨ 'ਤੇ। ਚੈੱਕ ਕਰੋ ਟਰੈਕਟਰ ਅਤੇ ਮਸ਼ੀਨ, ਬੜੀ ਮਕਾਈ ਇਹਨਾਂ ਨੇ ਕੱਢੀ, ਟਾਲੀ ਸੀ ਐਡੀ ਵੱਡੀ, ਉਹ ਵੀ ਜਨਾਬ ਪੱਟੀ ਗਈ, ਕਿੱਕਰ ਪੁੱਟਿਆ ਗਿਆ, ਪਰਾਂ ਵੀ ਇੱਕ ਕਿੱਕਰ ਜਿਹਾ ਪੁੱਟਿਆ। ਹਾਲਾਂਕਿ ਟਾਲੀ ਬੜੀ ਤਕੜੀ, ਇਹਨੂੰ ਫਟੀਆਂ ਨਹੀਂ ਚਾਹੀਦਾ, ਪਤਾ ਨਹੀਂ ਬਸ ਬੜਾ ਜ਼ੋਰਦਾਰ ਤੂਫਾਨ ਸੀ, ਉਹਨੇ ਪੱਟ ਕੇ ਭਰਾ ਮਾਰਿਆ, ਬੜਾ ਨੁਕਸਾਨ ਹੈ, ਮੈਂ ਵੀ ਨੁਕਸਾਨ ਹੀ ਯਾਰ। ਹਲਕੀ ਹਲਕੀ 3 ਮਿੰਟ ਦੇ ਨਾਲ ਸ਼ੁਰੂ ਹੋ ਗਈ ਹੈ, ਮੈਂ ਰੇਹੜੀ 'ਤੇ ਬੈਠਾ, ਐਕਸੀਡੈਂਟ ਚੈੱਕ ਕਰਨਾ, ਚੈੱਕ ਕਰ, ਹਲਕੀ ਫੁਲਕੀ ਵਾਲੀ ਸ਼ੁਰੂ ਹੋਈ ਹੈ, ਅਤੇ ਬੱਦਲ ਯਾਰ ਮੈਨੂੰ ਲੱਗਦਾ ਪਿਆ ਜਿਵੇਂ ਹੋਰ ਵੀ ਹੈਗਾ, ਠੀਕ ਹੈ, ਹਵਾ ਚੱਲੀ ਖਲੀ, ਮੌਸਮ ਯਾਰ ਠੰਡਾ ਹੋ ਗਿਆ, ਬਾਕੀ ਗੱਲ ਆ ਛੱਡੋ, ਮੌਸਮ ਚੇਂਜ ਹੋ ਗਿਆ, ਮੇਰੇ ਖਿਆਲ ਐਵੇਂ ਰਹੇ ਨਾ 4-5 ਦਿਨ ਟੈਸਟ ਆ ਜਾਓ, ਅਤੇ ਨਿੱਕੀ ਨਿੱਕੀ 3 ਮਿੰਟ ਦਾ ਕੋਈ ਰੋੜਾ ਨਹੀਂ। ਜਿੱਥੇ ਆਪਾਂ ਸਬਜ਼ੀ ਲਾਵਣੀ ਹੈ ਅੱਜ, ਇਸ ਪਲਾਟ ਦੀ ਜਿਹੜੀ ਹੈ ਉਹ ਸਾਈਡਾਂ ਜਿਹੜੀਆਂ ਨੇ ਉਹ ਖਿੱਚ ਰਹੇ ਹਾਂ ਹਲਾਂ ਨਾਲ, ਤਾਂ ਕਿ ਲੇਜ਼ਰ ਜਿਹੜਾ ਉਹ ਕਰਵਾਵਾਂਗੇ ਬਾਅਦ ਵਿੱਚ, ਅਤੇ 4 ਇੰਚ ਪਾਸੇ ਜਿਹੜਾ ਉਹ ਹਲ ਫੇਰਦੇ ਪਏ, ਅਤੇ ਵਿੱਚ ਜਿਹੜਾ ਬੰਨਾ ਵੀ ਪਾਵਣਾ ਅਤੇ ਖਾਲਾ ਵੀ ਪਾਵਣਾ, ਤਾਂ ਕਿ ਰੋਣੀ ਕਰਨ ਵਾਸਤੇ ਜਿਹੜਾ ਆਪਾਂ ਨੂੰ ਖਾਲੇ ਦੀ ਜ਼ਰੂਰਤ ਹੈ, ਅਤੇ ਖਾਲਾ ਆਪਾਂ ਅੱਜ ਹੀ ਪਾ ਲਵਾਂਗੇ, ਖਾਲਾ ਵੀ ਅਤੇ ਵਿੱਚ ਬੰਨੇ ਵੀ, ਕਿੱਲੇ ਕਿੱਲੇ ਦਾ ਜਿਹੜਾ ਲੇਜ਼ਰ ਹੋਵੇਗਾ ਬਾਅਦ ਵਿੱਚ। ਅਤੇ ਇੱਥੋਂ ਅਸੀਂ ਸੋਚ ਰਹੇ ਹਾਂ, ਇੱਥੇ ਅਸੀਂ ਇੱਕ ਨਾਕਾ ਵੀ ਲਾਈਏ ਨਹਿਰੀ ਪਾਣੀ ਵਾਸਤੇ, ਅਤੇ ਇੱਥੇ ਖੱਦੀ ਖੋਲ੍ਹਦੇ ਹਾਂ, ਸਿੱਧਾ ਇੱਥੋਂ ਜਨਾਬ ਡਾਇਰੈਕਟ ਪਾਣੀ ਜਾਇਆ ਕਰੇਗਾ ਖਾਲੇ ਦੇ ਵਿੱਚ, ਅਤੇ 1 ਕਿੱਲੇ ਦੀ ਲਾਮ 'ਤੇ ਇੱਥੇ ਜਿਹੜਾ ਅਸੀਂ ਖਾਲਾ ਬਣਾਵਾਂਗੇ, ਤਾਂ ਕਿ ਟੂਵੈਲ ਦਾ ਪਾਣੀ ਇੱਧਰੋਂ ਆ ਸਕੇ ਅਤੇ ਨਹਿਰ ਦਾ ਪਾਣੀ ਜਿਹੜਾ ਇੱਧਰੋਂ ਆ ਸਕੇ। ਅਗਰ ਆਸਾਨੀ ਅਸੀਂ ਚਾਹੁੰਦੇ ਹਾਂ, ਆਸਾਨੀ ਅਸੀਂ ਚਾਹੁੰਦੇ ਹਾਂ ਪਾਣੀ ਲਾਉਣ ਵਾਸਤੇ, ਤਾਂ ਸਾਨੂੰ ਇੱਥੇ ਇੱਕ ਨਾਕਾ ਲਿਆ ਕੇ ਲਾਉਣਾ ਪੈਣਾ, ਠੀਕ ਹੈ, ਨਹੀਂ ਤਾਂ ਫਿਰ ਅਸੀਂ ਮੁਸੀਬਤ ਨੂੰ ਫੜੇ ਰਵਾਂਗੇ। ਅਗਰ ਅਸੀਂ ਪਿਛਲੇ ਨਾਕੇ 'ਚ ਪਾਣੀ ਲੈ ਕੇ ਆਉਣਾ ਨਹਿਰੀ, ਤਾਂ ਫਿਰ ਅਸੀਂ ਮੁਸੀਬਤ ਨੂੰ ਫਸ ਜਾਵਾਂਗੇ, ਠੀਕ ਹੈ। ਅੱਜ ਜਿਹੜਾ ਅਸੀਂ ਹਲ ਮਾਰਾਂਗੇ ਅਤੇ ਨਾਲ ਤੁਹਾਨੂੰ ਖਾਲਾ ਵਿਖਾਵਾਂਗੇ, ਅੱਲਾਹ ਕਰੇ ਸਿੱਧਾ ਖਾਲਾ ਨਿਕਲ ਜਾਵੇ। ਅੱਜ ਹੈ ਜੀ 23 ਜੁਲਾਈ, ਅਤੇ ਅੱਜ ਸਾਨੂੰ ਤਕਰੀਬਨ 4th or 5th ਦਿਨ ਨੇ ਸਬਜ਼ੀ ਦੀ ਜ਼ਮੀਨ ਨੂੰ ਤਿਆਰ ਕਰਦੇ ਹਾਂ, ਠੀਕ। ਸਬਜ਼ੀ ਤਾਂ ਅਸੀਂ ਲਾਉਣੀ ਹੈ 4-5 ਅਗਸਤ ਨੇ, ਮੈਂ ਇਸ ਟਾਈਮ ਲੈ ਕੇ ਆ ਗਿਆ ਕੜਾਹੀ, ਠੀਕ ਹੋ ਗਿਆ, ਇਹਨਾਂ ਤੁਹਾਨੂੰ ਕੰਮ ਖਾਣੇ ਅੱਗੇ ਅੱਗੇ, ਅਤੇ ਨਾਲ ਜਿਹੜਾ ਅਸੀਂ ਲੇਜ਼ਰ ਕਰਾ ਰਹੇ ਹਾਂ ਤਾਂ ਕਿ ਜ਼ਮੀਨ ਦਾ ਲੈਵਲ ਹੋ ਜਾਵੇ, ਠੀਕ ਹੈ। ਅਸੀਂ ਲੈਵਲ ਇਸ ਪਰ ਕਰਾਉਣੇ ਹਾਂ ਕਿ ਖਾਲੀਆਂ ਜਿਹੜੀਆਂ ਉਹ ਸੋਹਣੀਆਂ ਨਿਕਲ ਜਾਵਣ ਅਤੇ ਬਰਾਬਰ ਦੀਆਂ ਨਿਕਲ ਜਾਵਣ, ਅਤੇ ਪਾਣੀ ਲਾਉਣ ਨੂੰ ਜਿਹੜਾ ਆਸਾਨੀ ਹੋਵੇ, ਠੀਕ ਹੈ। ਲੇਜ਼ਰ ਜਿਹੜਾ ਉਹ ਭਾਈਆ ਕਰ ਰਿਹਾ, ਇਹਦਾ ਵੀ ਤੁਹਾਨੂੰ ਸਾਰਾ ਪ੍ਰੋਸੀਜਰ ਚੱਲ ਕੇ ਅੱਗੇ ਵਿਖਾਉਣੇ ਆ, ਅਤੇ ਕੜਾਹੀ ਜਿਹੜੀ ਹੈ ਉਹ ਅਸੀਂ ਲੈ ਕੇ ਆਏ ਹਾਂ ਖਾਲਾ ਸੈੱਟ ਕਰਨ ਵਾਸਤੇ, ਠੀਕ ਹੋ ਗਿਆ। ਖਾਲਾ ਉੱਚਾ ਲੰਮਾ ਸੋਹਣਾ ਬਣਾਈਏ ਤਾਂ ਕਿ ਨਾਰੀ ਪਾਣੀ ਵੀ ਲਗਾਈਏ ਅਤੇ ਆਪਾਂ ਨੂੰ ਜਿਹੜੀ ਉਖਿਆਈ ਨਾ ਹੋਵੇ, ਅਤੇ ਅੱਗੇ ਲਾਏ ਨਾ ਉਹ ਤੁਸੀਂ ਵੇਖੋ, ਉਹ ਬੰਦੇ ਬੜੀ ਦੂਰ ਆਪਣੇ ਖੁਰਦਨ ਕੋਲ 2 ਕਿੱਲੇ ਨੇੜੇ ਚੱਲ ਕੇ ਦੋਨੋਂ ਇਹਨਾਂ ਦੀਦਾਰ ਕਰਾਉਣੇ, ਆਪਾਂ ਵੀ ਆਪਦੇ ਤਰ੍ਹਾਂ ਛੜੇ ਬੰਦੇ ਰੱਖੇ ਨਾਲ, ਠੀਕ ਹੈ, ਜਿਨ੍ਹਾਂ ਨੂੰ ਪਿੱਛੋਂ ਫੋਨ ਨਾ ਆਵਣ। ਵਧੀਆ, ਚੈੱਕ ਕਰੋ ਬੰਦੇ ਜਿਹੜੇ ਆ 1 ਕਿੱਲੇ ਲਾਮ ਦਾ ਖਾਲਾ, ਇੱਥੇ ਆਉਣਾ ਟੂਵੈਲ ਦਾ ਪਾਣੀ ਅਤੇ ਨਾਲ ਆਉਣਾ ਨਹਿਰ ਦਾ ਪਾਣੀ, ਅਸੀਂ ਵੱਖਰੀ ਆਪਦੀ ਖਾਲੀ ਤਿਆਰ ਕਰ ਰਹੇ ਹਾਂ, ਇਸ ਪਾਰੋ ਕਿ ਨਹਿਰ ਦਾ ਪਾਣੀ ਚੱਲ ਰਿਹਾ ਹੋਵੇ ਤਾਂ ਆਪਾਂ ਟੂਵੈਲ ਦਾ ਪਾਣੀ ਬਾ ਆਸਾਨੀ ਜ਼ਮੀਨ ਨੂੰ ਲਾ ਸਕੀਏ।
ਆਹ ਦੋ ਛੜੇ ਅਸੀਂ ਲਾ ਛੜੇ ਨਾ ਅੱਜ ਖਾਲੇ ਨੂੰ, ਇਹਨਾਂ ਛੜਿਆ ਨੂੰ ਅਸੀਂ ਚੌਥਾ ਨਹੀਂ ਚੌਥਾ ਦਿਨ ਅੱਜ ਪਹਿਲਾ ਦਿਨ ਹਾਲੀ ਤਾਂ ਅੱਧਾ ਘੰਟਾ ਹੋ ਗਿਆ ਛੁਰਾਂ ਲੱਗਿਆ ਨੂੰ, ਹਾਂ ਚੌਥਾ ਦੇ ਨਹੀਂ ਇਹਨਾਂ ਨੇ ਮਿਸਾਲ ਇਹ ਇੱਕ ਦਿਹਾੜੀ ਲਾ ਦੇ ਜੇ ਠੀਕ ਅੱਜ ਆਇਆ ਨਾ ਮੇਰੇ ਲਈ ਕੰਮ 'ਤੇ, ਇਹਨਾਂ ਮੇਰਾ ਖਾਲਾ ਜਦੋਂ ਕੱਢ ਦੇਣਾ ਸਾਰਾ ਕੰਮ ਹੋਏ ਨਾ, ਪੈਸੇ ਨਾ ਲੈਣੇ ਅਤੇ ਚਾਰ ਪੰਜ ਦਿਨ ਇਹਨਾਂ ਮੌਜਾਂ ਮਾਰਨੇ, ਸਕੂਨ ਆ। ਜਿਸ ਦਿਨ ਪੈਸੇ ਮੁੱਕ ਗਏ ਅਗਲੇ ਦਿਨ ਫਿਰ ਇਹਨਾਂ ਨੂੰ ਕੰਮ ਲਾਵੇ, ਕਿਉਂਕਿ ਅੱਜ ਕੱਲ੍ਹ ਕੰਮ ਦੀ ਰੂਟੀਨ ਖਾਲੇ ਬੰਨੇ ਹਰਸ਼ਾ ਲੱਭ ਜਾਂਦੀ, ਇਹਨਾਂ ਜਨਾਬ ਜ਼ਾਰ ਦਾ 2000 ਦਿਹਾੜੀ ਪਾਵਣੀ ਹੈ ਸਕੂਨ ਨਾਲ। ਇਹ ਛੜਿਆਂ ਨੇ ਫਾਇਦਾ ਨਾ ਬੁੜੀ ਦਾ ਰੌਲਾ ਨਾ ਲੈਣੀ ਨਾ ਦੇਣੀ ਨਾ ਘਰੇ ਖਰਚਾ ਦੇਣਾ ਪਵੇ, ਆਹਦਾ ਖਰਚਾ ਚੱਕਦੇ ਨੇ ਸਕੂਨ ਨਾਲ ਅਤੇ ਮੌਜ ਮਾਰਦੇ। ਇਹ ਤਾਂ ਪਰ ਮੈਂ ਛੜੇ ਰੱਖੇ ਨਾ, ਇਹਨਾਂ ਨੂੰ ਘਰੋਂ ਫੋਨ ਆਉਂਦਾ ਨਾ ਲੈਣੀ ਨਾ ਦੇਣੀ, ਹਾਂ ਨਾ ਘਰ ਦੇ ਪੈਸੇ ਮੰਗਣ। ਇਹਨਾਂ ਜਨਾਬ ਇੱਕ ਕਿੱਲੇ ਲਾਮ ਦੀ ਆਹ ਖਾਲਾ ਤਿਆਰ ਕਰਨਾ ਅਤੇ ਢਾਈਆਂ ਕਿੱਲੇ ਲਾਮ ਦਾ ਆਹ ਖਾਲਾ ਤਿਆਰ ਕਰਨਾ, ਅਤੇ ਠੇਕਾ ਇਹਨਾਂ ਬੰਦਿਆਂ ਨਾਲ ਸਾਡਾ ਮੁੱਕ ਗਿਆ। ਚੈੱਕ ਕਰੋ ਮੁੰਡਿਆਂ ਨੇ, ਕੁਵਾਰਿਆ ਮੁੰਡਿਆਂ ਨੇ ਆਹ ਸਾਈਡ ਦੁਬਾੜਾ ਖਾਲੇ ਦਾ ਬਣਾ ਛੱਡਿਆ, ਅਤੇ ਹੁਣ ਲੱਗ ਗਏ ਨੇ ਕਈਆਂ ਲੈ ਤੇ 2.5 ਕਿੱਲੇ ਦੀ ਲਾਮ ਉਹਨਾਂ ਨੂੰ ਖਾਣੇ ਆ, ਉਹ ਵੀ ਕੰਮ। ਹੁਣ ਮੁੰਡਿਆਂ ਨੂੰ ਆਪਾਂ ਜਿਹੜਾ ਬੋਤਲ ਛੋਤਲ ਪਵਾਉਣੀ, ਕਿਉਂਕਿ ਕੁਵਾਰੇ ਮੁੰਡੇ ਨੇ, ਇਹਨਾਂ ਦੇ ਘਰੇ ਘਰੋਂ ਰੋਟੀ ਆਉਣੀ ਹੈ। ਕੁਵਾਰੇ ਮੁੰਡੇ ਕੁਵਾਰਿਆਂ ਦਾ ਖਿਆਲ ਰੱਖਣਾ ਚਾਹੀਦਾ। ਇੱਥੇ ਵੀ ਦੋ ਚਾਰ ਕਈਆਂ ਮਾਰ ਲਵਾਏ, ਆਹ ਵੀ ਸਾਰਾ ਪਾਠ ਤੇ ਉਤਾ ਚ ਕਰਵਾਏ। ਲੈ ਬੇ ਵਾਹ ਬਾਈ, ਪਿੱਚ ਬਣਾ ਛੱਡੀ ਮੁੰਡਿਆਂ ਨੇ, ਚਸ ਕਰਾ ਛੱਡੀ ਹੈ। ਮੈਂ ਅੱਗੇ ਕਹਿੰਦਾ ਪਿਆ ਮੈਂ ਆਉਂਦਾ ਪਿਆ ਛੜਿਆਂ ਨੇ ਬੋਤਲ ਪਵਾਉਣੀ ਪੈਣੀ ਹੈ, ਇਹ ਨਾ ਛੜੇ ਆਪਣੇ ਪੇਟੇ ਪੈ ਜਾਵਣ। ਮੈਨੂੰ ਤਾਂ ਡਰਾਈਵਰ ਵੀ ਛੜਾ ਲੱਗਦਾ ਯਕੀਨ ਕਰ, ਇਹ ਲੇਜ਼ਰ ਪੇ ਕਰਦਾ, ਅੱਲਾ ਨੂੰ ਹਦਾਇਤ ਦੇਵੇ ਚੰਗਾ ਲੇਜ਼ਰ ਕਰ ਜਾਵੇ। ਸਾਰੇ ਛੜੇ ਨੇ ਵਾਈ ਕਰਨ ਵਾਲੇ ਛੜਾ ਅਤੇ ਕੰਮ ਕਰਨ ਵਾਲੇ ਛੜੇ। ਮੈਂ ਨਾ ਇੱਕ ਵਾਰ ਚੱਲਿਆ ਸ਼ਹਿਰ ਵਾਪਸੀ ਬੋਤਲ ਲਈ ਆ, ਹੁਣ ਲੈ ਮੈਂ ਚਲੋ ਯਾਰ ਛੜਿਆਂ ਨੂੰ ਬੋਤਲ ਪਾਉਣੀ ਪੈ ਜਾਣੀ। ਚੈੱਕ ਕਰੋ ਛੜੇ, ਇਹਨਾਂ ਆਪਣੇ ਛੜੇ ਬੋਤਲ ਪੀਣਾ ਚਾਹੁੰਦੇ ਨੇ, ਛੜਿਆਂ ਨੂੰ ਮੈਂ ਕਰੇਲਿਆਂ ਦੀ ਫੱਕੀ ਬਣਾ ਬਣਾ ਖਵਾਉਣੀ ਹੈ। ਹੁਣ ਤੁਹਾਨੂੰ ਵਿਖਾਵਾਂਗੇ ਕਿਰਾਈ ਨਾਲ ਅਸੀਂ ਕਿਹੜਾ ਕੰਮ ਲੈ ਰਹੇ ਹਾਂ, ਠੀਕ ਹੈ। ਕਿਰਾਈ ਦਾ ਜਨਾਬ ਬੜਾ ਫਾਇਦਾ, ਅਸੀਂ ਪਿਛਲੇ ਸਾਲ ਵੀ ਕਿਰਾਈ ਨਾਲ ਜਿਹੜਾ ਖਾਲੇ ਤਿਆਰ ਕੀਤੇ ਸਨ ਉਹ ਕਾਮਯਾਬ ਰਹੇ ਸਨ। ਚੈੱਕ ਕਰੋ ਕਿਰਾਈ ਨਾਲ ਜਿਹੜਾ ਅੰਦਰੋਂ ਮਿੱਟੀ ਲੱਗਦੀ ਜਾਂਦੀ ਹੈ ਅਤੇ ਅੰਦਰਲੀ ਸਾਈਡ ਜਿਹੜੀ ਮਜ਼ਬੂਤ ਹੁੰਦੀ ਜਾਂਦੀ ਹੈ। ਅਸੀਂ ਪਿੱਛੇ ਚੈੱਕ ਕਰੋ, ਪਿੱਛੇ ਸਾਰੀ ਜਿਹੜੀ ਹੈ ਕਿਰਾਈ ਨਾਲ ਹੀ ਮਿੱਟੀ ਲੱਗੀ ਹੈ, ਅਤੇ ਖਾਲਾ ਤੁਸੀਂ ਵੇਖੋਗੇ ਖੁੱਲ੍ਹਾ ਹੋਵੇਗਾ, ਕਿਉਂਕਿ ਜਨਾਬ ਨਹਿਰੀ ਪਾਣੀ ਇਹਦੇ ਵਿੱਚ ਲੱਗਣਾ ਅਤੇ ਨਹਿਰੀ ਪਾਣੀ ਜਿਹੜਾ ਹੁੰਦਾ ਵਾਹ ਹੈ, ਇਹ ਨਾ ਖਾਲੇ ਫਿਰ ਟੁੱਟ ਜਾਣ। ਪਿਛਲੀ ਵਾਰੀ ਖਾਲਾ ਸੀ ਵੈਸੇ ਸੀ ਤੰਗ, ਅਤੇ ਉਹ ਨਹਿਰੀ ਪਾਣੀ ਜਿਹੜਾ ਸੀ ਉੱਤੇ ਤਰ ਜਾਂਦਾ ਸੀ, ਅਤੇ ਐਤਕੀ ਉਮੀਦ ਹੈ ਕਿ ਉਹ ਕੰਮ ਛੱਡਣਾ ਨਹੀਂ ਹੁੰਦਾ, ਤਾਂ ਹੀ ਜਿਹੜਾ ਐਤਕੀ ਖਾਲਾ ਜਿਹੜਾ ਖੁੱਲ੍ਹਾ ਰਖਾਇਆ। ਨਾਲੇ ਮੁੰਡੇ ਵੀ ਜਿਹੜੇ ਨੇ ਉਹ ਐਕਸਪਰਟ ਹੈਗੇ ਨੇ ਇਸ ਕੰਮਾਂ 'ਚ। ਅਤੇ ਹੁਣ ਜਿਹੜਾ ਜੁੜਨ ਮੈਂ ਦਾਈ ਵਿਖਾਉਣ ਲੱਗਾ, ਇਹ ਅੱਲਾ ਕਿਤਾਬ 20 ਕੁ ਦਿਨਾਂ ਬਾਅਦ ਮੀਂਹ ਦੇ ਕੇ ਵੱਢੇ ਜਾਵਣਗੇ, ਇਹਨਾਂ ਸਾਨੂੰ ਬੜੀਆਂ ਉਮੀਦਾਂ ਨੇ, ਇਹਨਾਂ ਸਾਡੇ ਕਰੇਲਿਆਂ ਸਾਰਿਆਂ 'ਤੇ ਖਰਚਾ ਕਰਵਾਉਣਾ। ਆ ਜਾਓ ਪੁੱਠੀ ਛਿੱਲ ਲਾਉਣ ਵਾਲੇ ਸਾਜੋ, ਇਹ ਮੇਰੇ ਕਲਾਸ ਫੈਲੋ ਹੈ ਯਾਗਾ ਬਟਿਸ਼ਟਾ। ਲਓ ਜੀ ਰੋਟੀ ਛੋਟੀ ਅਸੀਂ ਲੈ ਕੇ ਆ ਗਏ ਹਾਂ, ਗਰਮੀ ਬੜੀ ਪੈਂਦੀ ਸੀ, ਸੁਬਹ ਸੁਬਹ ਮੌਸਮ ਬੜਾ ਪਿਆਰਾ ਬਣਿਆ ਸੀ,
ਤੇ ਹੁਣ ਬੰਦੇ ਛੱਦਣ ਵੀ ਟੁਰ ਗਏ, ਹਵਾ ਵੀ ਟੁਰ ਗਈ ਮੈਨੂੰ ਲੱਗਦਾ, ਅਤੇ ਰੋਟੀ ਅਸੀਂ ਲਾਏ ਬੰਦੇ ਦੀ। ਅਤੇ ਇਹ ਮੇਰੇ ਖਿਆਲ ਨਾਲ 2.5 ਕਿੱਲੇ ਕੀਤੀ ਖੜਾ ਲੇਜ਼ਰ, ਠੀਕ ਹੈ 2.5 ਕਿੱਲੇ ਰਹਿ ਗਿਆ। ਬੜਾ ਬਾਈ ਟਾਈਮ ਲਾ ਦੇਣ, ਚੈੱਕ ਕਰੋ ਆਹ ਲੇਜ਼ਰ ਹੋਈ ਪਈ ਜ਼ਮੀਨ ਬਿਲਕੁਲ ਲੈਵਲ ਦੀ, ਅਤੇ ਟਰੈਕਟਰ ਦੇ ਮਗਰ ਲੇਜ਼ਰ ਪਾਇਆ ਹੋਇਆ। ਇਹ ਕੰਪਿਊਟਰ ਲੇਜ਼ਰ ਹੈ, ਇਹਨੇ ਸਾਰਾ ਕੁਝ ਆਪ ਹੀ ਜਿਹੜਾ ਲੇਜ਼ਰ ਕਰਨਾ ਹੁੰਦਾ। ਡਾਈਆਂ ਦਾ ਵੀ ਲੋਕੀ ਜਿਹੜੀ ਹੈ ਲੇਜ਼ਰ ਕਰਵਾਉਂਦੀ ਹੈ, ਅਤੇ ਜਦੋਂ ਖਾਲੀਆਂ ਪਾਣੀਆਂ ਮਕਈ ਮਕੁਈ ਉਹਦਾ ਵੀ ਲੋਕੀ ਕਰਾ ਕਰੂ ਲੈਂਦੇ। ਆਲਮਾ ਵਾਰੀ ਵੀ ਲੋਕੀ ਲਾਜ਼ਮੀ ਕਰਵਾਉਂਦੇ ਆਲਮਾ ਪਾਣੀ। ਅਤੇ ਹੁਣ ਜਿਹੜਾ ਅਸੀਂ ਲਾਉਣੇ ਸਨ ਕਰੇਲੇ, ਤਾਂ ਅਸੀਂ ਵੀ ਜਿਹੜਾ ਲੇਜ਼ਰ ਕਰਵਾਇਆ, ਲੇਕਿਨ ਗੱਲ ਇਹ ਹੈ ਕਿ ਅਗਰ ਤਾਂ ਕਰਨ ਨੀਅਤ ਨਾਲ ਤਾਂ ਫਿਰ ਤਾਂ ਜਨਾਬ ਸੋਹਣਾ ਕਰ ਜਾਣ, ਅਗਰ ਬੇਨੀਅਤੇ ਹੋ ਜਾਵਣ ਠੀਕ ਹੈ, ਪੈਸੇ ਵੀ ਲੈ ਜਾ ਸਨ ਤਾਂ ਕੰਮ ਵੀ ਨਹੀਂ ਸੋਹਣਾ ਕਰ ਜਾਣ। ਇਹ ਇਹਨਾਂ ਦੀ ਨੀਅਤ ਡਿਪੈਂਡ ਕਰਦਾ ਫਿਰ, ਠੀਕ ਹੈ। ਲਓ ਜੀ ਲੇਜ਼ਰ ਵਾਲਾ ਜਾ ਰਿਹਾ, 3,000 ਰੁਪਏ ਫ੍ਰੀ ਘੰਟੇ ਦੇ ਹਿਸਾਬ ਨਾਲ ਆਪਾਂ ਇਹਨਾਂ ਨੂੰ ਪੈਸੇ ਦਿੱਤੇ। ਇਹਨੇ 5 ਘੰਟੇ ਲਾਏ ਨੇ 50 ਕਿੱਲਿਆਂ ਨੂੰ, 15,000 ਰੁਪਇਆ ਲੈ ਕੇ ਚਲਾ ਗਿਆ, ਅਤੇ ਇਹਦਾ ਤੇਲ ਤਕਰੀਬਨ ਸੜਿਆ 8,500 ਰੁਪਏ ਦਾ 50 ਕਿੱਲਿਆਂ ਵਿੱਚ, ਕਿਉਂਕਿ ਇਹਨੂੰ 8,500 ਦਾ ਡੀਜ਼ਲ ਪਵਾ ਦਿੱਤਾ ਸੀ, ਉਹ ਸਾਰਾ ਹੀ ਸੜ ਗਿਆ। ਅਤੇ ਇਹ 2 ਉਂਗਲ ਘਰੂ ਲੈ ਦਿਆ ਸੀ, 2 ਉਂਗਲ ਹੈਗਾ ਸੀ, ਠੀਕ ਹੋ ਗਿਆ। ਅਤੇ ਬੱਚੇ ਤਾਂ ਇਹਨਾਂ ਨੂੰ ਆ ਗਈ ਜਨਾਬ 6,500 ਰੁਪਇਆ 50 ਕਿੱਲਿਆਂ ਮਗਰ, ਠੀਕ ਹੈ। ਕੰਮ ਯਾਰ ਸੋਹਣਾ ਕਰ ਗਿਆ, ਵਾਹਵਾ ਟਾਈਮ ਸਹੀ ਲਾਇਆ, ਸੋਹਣਾ ਕੰਮ ਕਰ ਗਿਆ। ਹੁਣ ਸਾਡਾ ਕੰਮ ਜਿਹੜਾ ਉਹ ਸਮਝੋ ਕੰਪਲੀਟ ਹੋ ਗਿਆ, ਜ਼ਮੀਨ ਦੀ ਤਿਆਰੀ ਮੁਕੰਮਲ ਹੋ ਗਈ ਹੈ ਇੱਕ ਵਾਰੀ, ਤਾਂ ਹੁਣ ਇਹਨੂੰ ਆਪਾਂ ਰੌਣੀ ਕਰਨੀ ਹੈ, ਠੀਕ ਹੈ। ਅਤੇ ਅੱਜ ਦਾ ਵਲੋਗ ਇਹ ਪੂਰਾ ਸੈਸ਼ਨ ਆਪਾਂ ਇੱਥੇ ਕੰਪਲੀਟ ਕਰਨੇ ਹੈ, ਅਤੇ ਇਨਸ਼ਾਅੱਲਾ ਨੈਕਸਟ ਜਿਵੇਂ ਆਪਾਂ ਇਹਨਾਂ ਜ਼ਮੀਨ ਤਿਆਰ ਕਰਾਂਗੇ ਉਹ ਵੀ ਤੁਹਾਨੂੰ ਵਿਖਾਵਾਂਗੇ। ਕਰੇਲੇ ਆਪਾਂ ਸਿਰਫ 5 ਕਿੱਲੇ ਨੇ, ਕਰੇਲੇ ਆਪਣੇ ਆਸੇ ਪਾਸੇ ਲੱਗਣੇ ਨੇ ਆਦੇ ਆਦੇ 20-22 ਕਿੱਲੇ, ਠੀਕ। ਇਹ ਜ਼ਮੀਨ ਸਾਰਿਆਂ ਨਾਲ ਪਹਿਲੇ ਵਿਹਲੀ ਹੋਈ ਹੈ, ਤਾਂ ਸਾਰਿਆਂ ਨਾਲ ਪਹਿਲੇ ਜਿਹੜੀ ਤਿਆਰ ਕਰ ਰਹੇ ਹਾਂ, ਬਾਕੀ ਜਿੱਥੇ ਜਿੱਥੇ ਮੁੰਜੀ ਖਲੋਤੀ ਹੈ ਅਗੇਤਰੀ, ਉੱਥੇ ਸਾਰੀ ਦੀ ਸਾਰੀ ਜਿਹੜੀ ਹੈ ਤੁਹਾਨੂੰ ਕਰੇਲੇ ਦੀ ਫਸਲ ਦੇਖਣ ਨੂੰ ਮਿਲੇਗੀ ਬਾਅਦ 'ਚ।